ਪੈਸੇ ਹੀ ਕਮਾਂਗੀ ਕਿ ਜਿੰਦੇ ਵਸਦੇ ਰਹੋ ਆਬਾਦ ਰਹੋ ਤੁਸੀਂ ਆਉਂਦੇ ਰਹੋ ਸਾਡਾ ਡਰਾਮਾ ਵੇਖਦੇ ਰਹੋ ਜੇ ਬੰਦ ਹੈ ਅੱਜ ਕੱਲ੍ਹ ਜਦੋਂ ਖੁੱਲ ਜਾਵੇ ਤੇ ਆਉਂਦੇ ਰਹੋ ਤੇ ਖੁਸ਼ੀਆਂ ਮਨਾਉਂਦੇ ਰਹੋ ਤੇ ਕਰੋਨਾ ਹੈ ਤੇ ਘਰ ਦੇ ਵਿੱਚ ਰਹੋ ਜ਼ਿਆਦਾ ਤੋਂ ਜ਼ਿਆਦਾ ਆਪਣਾ ਧਿਆਨ ਰੱਖੋ ਤੇ ਬਾਹਰ ਨਾ ਘੁੰਮੋ ਤੁਹਾਡੀ ਸੇਫਟੀ ਵਾਸਤੇ ਕਿਹਾ ਜਾ ਰਿਹਾ ਬਾਰ ਬਾਰ ਲੇਕਿਨ ਸਾਡੀ ਪਾਕਿਸਤਾਨੀ ਆਵਾਮ ਨਹੀਂ ਸੁਣਦੀ ਉਹਨੇ ਆਪਣੀ ਕਰਨੀ ਹੁੰਦੀ ਹੈ ਨਾ ਇਸ਼ਾਰਾ ਦੇ ਤੇ ਰੁਕਦੇ ਨੇ ਨਾ ਕਰੋਨਾ ਕੋਲ ਡਰਦੇ ਨੇ ਕੋਈ ਵੀ ਇਹੋ ਜਿਹੀ ਚੀਜ਼ ਆ ਜਾਵੇ ਇਹ ਨਹੀਂ ਰੁਕਦੇ ਪਾਕਿਸਤਾਨੀਓ ਬਾਹਰ ਜਾ ਕੇ ਜਿਵੇਂ ਐਪਰੀਸ਼ੀਏਟ ਕਰਦੇ ਹੋ ਨਾ ਉਹਨਾਂ ਨੇ ਕਾਨੂੰਨ ਨੂੰ ਆਪੇ ਪਾਕਿਸਤਾਨ ਦੇ ਵਿੱਚ ਵੀ ਕਰੋ ਤੁਹਾਡੀ ਮਿਹਰਬਾਨੀ ਇਹੀ ਕੁਝ ਕਹਾਂਗੀ ਹਾਂ ਬਿਸਮਿਲ੍ਲਾ ਰਹਿਮਾਨ ਰਹੀਮ ਨਾਜ਼ਰੀਨ ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗ ABHD TV ਦੀ ਤਰਫੋਂ ਅਤੇ ਨਾਜ਼ਰੀਨ ਮੈਂ ਮੌਜੂਦ ਹਾਂ ਅੱਜ ਸ਼ਹਿਰ ਲਾਹੌਰ 'ਚ ਔਰ ਸਾਡੇ ਨਾਲ ਬਹੁਤ ਹੀ ਅੱਛੀ ਸਟੇਜ ਦੀ ਆਰਟਿਸਟ ਸਹਿਰ ਮੁਲਤਾਨੀ ਮੌਜੂਦ ਹੈ ਅਸੀਂ ਸਹਿਰ ਮੁਲਤਾਨੀ ਨਾਲ ਗੱਲ ਕਰਾਂਗੇ ਔਰ ਨਾਲੇ ਪੁੱਛਾਂਗੇ ਕਿ ਮੁਲਤਾਨੀ ਲਕਬ ਕਿਉਂ ਹੈ ਵਾਕਈ ਮੁਲਤਾਨ ਦੇ ਨੇ ਜਾਂ ਕੀ ਹੈ ਅਤੇ ਆਓ ਗੱਲ ਕਰਨੀ ਹੈ ਸਹਿਰ ਮੁਲਤਾਨੀ ਨਾਲ ਅਸਲਾਮ ਅਲੈਕੁਮ ਜੀ ਵਾਲੇਕੁਮ ਅਸਲਾਮ ਹਾਂਜੀ ਕੀ ਹਾਲ ਹੈ ਸਰ ਠੀਕ ਸਭ ਅੱਛਾ ਮੈਂ ਜੀ ਸ਼ੁਕਰ ਅਲਹਮਦੁਲਿਲਾ ਅੱਛਾ ਪਹਿਲੇ ਦੱਸੋ ਕਿ ਤੁਹਾਡਾ ਨਾਮ ਸਹਿਰ ਮੁਲਤਾਨੀ ਕਿਉਂ ਹੈ ਕਿਉਂਕਿ ਮੈਂ ਮੁਲਤਾਨ ਸੇ ਬਿਲੋਂਗ ਕਰਤੀ ਹੂੰ ਇਸ ਲਈ ਮੁਲਤਾਨ ਕਾ ਅੱਛਾ ਪੰਜਾਬੀ ਤੁਸੀਂ ਗੱਲ ਕਰਨੀ ਅੱਛਾ ਜੀ ਜੀ ਮੁਲਤਾਨ ਸੇ ਬਿਲੋਂਗ ਕਰਨੀ ਹੈ ਨਾ ਇਸ ਵਾਸਤੇ ਅੱਛਾ ਠੀਕ ਹੋ ਗਿਆ ਜੀ ਉਹਨਾਂ ਲਕਬ ਥੋੜਾ ਜਿਹਾ ਇਸ ਵਾਸਤੇ ਦਿੱਤਾ ਕਿ ਤਾਂ ਕਿ ਪਤਾ ਚੱਲ ਸਕੇ ਕਿ ਮੁਲਤਾਨ ਸੇ ਬਿਲੋਂਗ ਕਰਨੀ ਹੈ ਠੀਕ ਹੋ ਗਿਆ ਜੀ ਤੇ ਮੁਲਤਾਨ ਛੱਡ ਕੇ ਤੇ ਲਾਹੌਰ ਆ ਜਾਣ ਦੀ ਵਜ੍ਹਾ ਤੁਹਾਨੂੰ ਪਤਾ ਹੈ ਕਿ ਕਹਿੰਦੇ ਨੇ ਕਿ ਐਕਟਰ ਨੂੰ ਇੱਥੋਂ ਹੀ ਤਰੱਕੀ ਮਿਲਦੀ ਹੈ ਤੇ ਫਿਰ ਮੈਂ ਕਿ ਚਲੋ ਲਾਹੌਰ ਜਾ ਕੇ ਤੇ ਤਰੱਕੀ ਲੈ ਆਨੇ ਤੇ ਕਿੰਨੀ ਦੇਰ ਹੋ ਗਈ ਲਾਹੌਰ ਆਇਆ ਮੈਨੂੰ ਲਾਹੌਰ ਆਇਆ ਨੂੰ ਤਾਂ 12-13 ਸਾਲ ਹੋ ਗਏ ਨੇ ਲੇਕਿਨ ਫੀਲਡ 'ਚ ਆਇਆ ਹੋਇਆ ਨੂੰ 5 ਸਾਲ ਹੋਏ ਨੇ ਲਾਹੌਰ ਆਇਆ 12-13 ਸਾਲ ਹੋ ਗਏ ਪਿੰਡ 'ਚ ਆਇਆ 5 ਸਾਲ ਹੋ ਗਏ ਨੇ 8 ਸਾਲ ਲੇਟ ਕਿਉਂ ਹੋ ਗਈ ਨਹੀਂ ਬਸ ਵੈਸੇ ਹੀ ਪਹਿਲੇ ਫੀਲਡ 'ਚ ਨਹੀਂ ਸੀ ਹੈਗੀ ਵੈਸੇ ਹੀ ਇੱਥੇ ਸ਼ਿਫਟ ਹੋਈ ਸੀ ਅੱਛਾ ਠੀਕ ਹੈ ਅੱਛਾ ਸਹਿਰ ਮੁਲਤਾਨ ਸ਼ਹਿਰ ਤੋਂ ਬਿਲੋਂਗ ਕਰਨੀ ਨਹੀਂ ਨਹੀਂ ਮੁਲਤਾਨ ਤੋਂ ਅੱਗੇ ਇੱਕ ਅਲੀਪੁਰ ਸ਼ਹਿਰ ਹੈ ਉੱਥੋਂ ਨੂੰ ਬਿਲੋਂਗ ਕਰਨੀ ਠੀਕ ਹੈ ਮੁਲਤਾਨ ਅਲੀਪੁਰ ਜਿਹੜਾ ਹੈ ਜੀ ਜੀ ਜ਼ਿਲ੍ਹਾ ਮੁਜ਼ੱਫਰ ਦਾ ਸਿਰਾ ਮੁਜ਼ੱਫਰਗੜ ਜੀ ਠੀਕ ਹੋ ਗਿਆ ਤੇ ਸ਼ੋਬਿਸ ਜਾਣ ਦਾ ਕਿਵੇਂ ਹਾਦਸਾ ਹੋਇਆ ਬਸ ਥੋੜੇ ਜਿਹੇ ਹਾਲਾਤ ਹੀ ਐਸੇ ਸੀ ਕਿ ਘਰੇਲੂ ਟੈਨਸ਼ਨ ਦੀ ਵਜ੍ਹਾ ਕਰਕੇ ਘਰ 'ਚ ਮੈਂ ਹੀ ਕਮਾਉਣ ਵਾਲੀ ਸੀ ਤੇ ਫਿਰ ਮੈਨੂੰ ਹੀ ਸਮਝ ਆਈ ਕਿ ਮੈਂ ਇਹ ਕੰਮ ਕਰ ਸਕਦੀ ਕਿਉਂ ਸਹਿਰ ਕਿਉਂ ਸੀ ਕਮਾਉਣ ਲਈ ਮਤਲਬ ਭੈਣਾ ਭਰਾ ਬਾਕੀ ਇੱਕ ਭੈਣ ਉਹ ਥੋੜੀ ਆਫਿਸਟਿਕ ਹੈ ਤੇ ਦੂਸਰਾ ਜਿਹੜਾ ਭਾਈ ਨੇ ਉਹ ਬਸ ਨਹੀਂ ਕਰਦੇ ਤੇ ਫਿਰ ਜ਼ਾਹਰੀ ਗੱਲ ਹੈ ਮੈਂ ਮਾਂ ਪਿਓ ਦਾ ਸਹਾਰਾ ਤਾਂ ਬਣਨਾ ਹੈ ਨਾ ਉਹ ਕਹਿੰਦੇ ਨੇ ਨਾ ਕਿ ਬੇਟੇ ਅਗਰ ਨਾਕਾਮ ਹੋ ਜਾਣ ਤੇ ਬੇਟੀਆਂ ਨੂੰ ਚਾਹੀਦਾ ਕਿ ਮਾਂ ਪਿਓ ਦਾ ਸਹਾਰਾ ਬਣ ਜਾਣ ਨਹੀਂ ਭਰਾਵਾਂ ਦੀ ਸ਼ਾਦੀਆਂ ਹੋ ਗਈਆਂ ਨਹੀਂ ਭਰਾਵਾਂ ਨੇ ਸ਼ਾਦੀਆਂ ਹੋਣ ਦੇ ਬਾਵਜੂਦ ਵੀ ਲੇਕਿਨ ਯਾਨੀ ਕਿ ਅਫੋਰਡ ਨਹੀਂ ਕਰਦੇ ਕਮਾਉਂਦੇ ਨਹੀਂ ਹੈ ਘਰ ਦਾ ਖਰਚਾ ਫਿਰ ਤੁਹਾਨੂੰ ਪਤਾ ਅੱਜ ਕੱਲ੍ਹ ਦਾ ਦੌਰ ਕੈਸਾ ਜਾ ਰਿਹਾ ਫਿਰ ਇਸ ਵਾਸਤੇ ਮੈਂ ਹੀ ਥੋੜੀ ਹਿੰਮਤ ਕੀਤੀ ਹੈ ਕਿ ਮਾਂ ਪਿਓ ਦਾ ਬੇਟਾ ਬਣ ਕੇ ਮੈਂ ਹੀ ਸਾਥ ਦੇ ਅੱਛਾ ਤੇ ਕਿਹੜੀ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਅਸੀਂ ਮਲਕ ਹੁੰਦੇ ਮਲਕ ਹੁੰਦੇ ਜੀ ਤੇ ਜਦੋਂ ਸ਼ੋਬਿਸ ਦਾ ਸੋਚਿਆ ਜੀ ਜੀ ਤੇ ਘਰਦਿਆਂ ਕੋਲ ਇਜਾਜ਼ਤ ਤਲਬ ਕੀਤੀ ਜਾਂ ਵੈਸੇ ਹੀ ਪ੍ਰੋਗਰਾਮ ਬਣਾ ਲਿਆ ਨਹੀਂ ਇਜਾਜ਼ਤ ਤਲਬ ਕੀਤੀ ਸੀ ਲੇਕਿਨ ਉਹਨਾਂ ਨੇ ਥੋੜਾ ਜਿਹਾ ਮਾਈਂਡ ਕੀਤਾ ਸੀ ਕਿਉਂਕਿ ਖਾਨਦਾਨ ਦੇ ਵਿੱਚ ਕੋਈ ਵੀ ਐਸਾ ਕੰਮ ਨਹੀਂ ਕਰਦਾ ਥੋੜਾ ਜਿਹਾ ਮੁਸ਼ਕਲਾਂ ਦਾ ਹੱਲ ਯਾਨੀ ਕਿ ਹੋਇਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮਾਂ ਪਿਓ ਨੇ ਥੋੜੀ ਕੀਤੀ ਹੈ ਕਿ ਯਾਰ ਅਸੀਂ ਇਹ ਕੰਮ ਨਹੀਂ ਯਾਨੀ ਕਿ ਕਰ ਸਕਦੇ ਲੇਕਿਨ ਮੈਂ ਕਿਹਾ ਮੇਰੇ ਕੋਲ ਤਾਂ ਹੋਰ ਕੋਈ ਰਸਤਾ ਹੀ ਨਹੀਂ ਹੈ ਕਿ ਮੈਂ ਯਾਨੀ ਕਿ ਕਰ ਸਕਾਂ ਯਾਰ ਜੋਬ ਕਰ ਸਕਾਂ ਜਾਂ ਕੋਈ ਐਸਾ ਕੰਮ ਕਰ ਸਕਾਂ ਮੇਰੇ ਕੋਲ ਤਾਂ ਕੋਈ ਹੋਰ ਆਪਸ਼ਨ ਹੀ ਨਹੀਂ ਹੈ ਕਿ ਮੈਂ ਆਪਣੇ ਘਰ ਨੂੰ ਯਾਨੀ ਕਿ ਚਲਾ ਸਕਾਂ ਇਸ ਵਾਸਤੇ ਮੇਰਾ ਇਹੀ ਸੁਝਾਅ ਤਾਂ ਮੈਂ ਸ਼ੌਕ ਵੀ ਸੀ ਅਤੇ ਮਜਬੂਰੀ ਵੀ ਬਣ ਗਈ ਸੀ ਅਤੇ ਫਿਰ ਠੀਕ ਹੈ ਫਿਰ ਆਖਰ ਤੱਕ ਕਦਮ ਅਤੇ ਸਹਿਰ ਪੜ੍ਹੀ ਹੈ ਨਹੀਂ ਪੜ੍ਹੀ ਲਿਖੀ ਹੈ ਆਉਂਦੀ ਤਾਂ ਫਿਰ ਜੋਬ ਕਰ ਲੈਂਦੀ ਸਰ ਜੀ ਫਿਰ ਜੋਬ ਕਰ ਲੈਂਦੀ ਹਾਂਜੀ ਠੀਕ ਹੋ ਗਿਆ ਅਤੇ ਸ਼ੋਬਿਸ ਦਾ ਇਹ ਖਿਆਲ ਕਿਉਂ ਜ਼ਿਹਨ 'ਚ ਆਇਆ ਸ਼ੋਬਿਸ ਦੇ ਵਿੱਚ ਇਹੀ ਸੀ ਕਿ ਮੇਰੀ ਇੱਕ ਦੋ ਦੋਸਤਾਂ ਸੀ ਮੈਂ ਥੋੜ੍ਹਾ ਜਿਹਾ ਯਾਨੀ ਕਿ ਟੇਲਰ ਮਾਸਟਰ ਦਾ ਵੀ ਕੀਤਾ ਹੋਇਆ ਡਿਜ਼ਾਇਨਿੰਗ ਦਾ ਕੀਤਾ ਹੋਇਆ ਥੋੜ੍ਹਾ ਜਿਹਾ ਅਤੇ ਉਹ ਫਿਰ ਮੇਰੀ ਦੋਸਤ ਇੱਕ ਬਣੀ ਹੋਈ ਸੀ ਉਹਨੂੰ ਮੈਂ ਵੇਖ ਵੇਖ ਕੇ ਨਾ ਮੈਨੂੰ ਉਹਨੇ ਥੋੜ੍ਹਾ ਜਿਹਾ ਗਾਈਡ ਕੀਤਾ ਉਹਨੇ ਕਿਹਾ ਕਿ ਯਾਰ ਤੇਰੀਆਂ ਜਿਹੜੀਆਂ ਮਜਬੂਰੀਆਂ ਨੇ ਨਾ ਉਸੇ ਫੀਲਡ ਦੇ ਵਿੱਚ ਖਤਮ ਹੋ ਸਕਦੀਆਂ ਨੇ ਕਿਉਂਕਿ ਜਿਹੜੇ ਤੇਰੇ ਜ਼ਰੂਰਤਾਂ ਨੇ ਅਖਰਾਜਾਤ ਵੱਧਦੇ ਪਏ ਨੇ ਮਜ਼ੀਦ ਘਟਦੇ ਤਾਂ ਹੈ ਨਹੀਂ ਪਏ ਅਤੇ ਇਸ ਵਾਸਤੇ ਮੈਂ ਆ ਕੇ ਮੈਂ ਕਿਹਾ ਚੱਲ ਮੈਂ ਸ਼ੋਬਿਸ ਦੇ ਵਿੱਚ ਹੀ ਉਹਨੂੰ ਵੇਖਾ ਵੇਖੀ ਵੀ ਥੋੜ੍ਹੀ ਜਿਹੀ ਮੈਨੂੰ ਖਾਹਿਸ਼ ਹੋਈ ਠੀਕ ਹੈ ਉਹ ਜਿਹੜੀ ਤੁਹਾਡੀ ਦੋਸਤ ਸੀ ਮਤਲਬ ਜਿਹਨੇ ਤੁਹਾਨੂੰ ਮਸ਼ਵਰਾ ਦਿੱਤਾ ਜੀ
ਉਹਦੇ ਆਪਣੇ ਮਸਾਇਲ ਖਤਮ ਹੋ ਗਏ ਸਨ ਸ਼ੋਬੀ ਸਾਹ ਕੇ ਪਤਾ ਨਹੀਂ ਉਹਨੂੰ ਤਾਂ ਖੁਸ਼ ਵੇਖ ਕੇ ਤੇ ਮੈਂ ਵੀ ਆ ਗਈ ਲੇਕਿਨ ਹੁਣ ਮੈਨੂੰ ਪਤਾ ਲੱਗਾ ਕਿ ਉਹ ਗਲਤ ਸੀ ਮੈਂ ਕਿਹੜੀ ਸ਼ੋਬੀ ਚ ਆ ਗਈ ਯਾਨੀ ਕਿ ਉਸ ਵੇਲੇ ਤਾਂ ਰੰਗੀਨ ਦੁਨੀਆ ਲੱਗਦੀ ਸੀ ਹੁਣ ਜਦੋਂ ਆ ਗਈ ਇਹਨਾਂ ਨੂੰ ਪਤਾ ਲੱਗਾ ਬਸ ਰੰਗੀਨ ਦੁਨੀਆ ਹੀ ਹੈ ਇਹਨਾਂ 'ਚ ਹੈ ਕੁਝ ਵੀ ਨਹੀਂ ਅੱਛਾ ਠੀਕ ਹੈ ਤੇ ਜਦੋਂ ਸ਼ੋਬੀ ਚ ਆਉਣ ਦਾ ਫੈਸਲਾ ਕਰਦੇ ਆ ਫਿਰ ਕਿੱਥੋਂ ਆਗਾਜ਼ ਕੀਤਾ ਕਿਹਦੇ ਕੋਲ ਗਏ ਕਿਸ ਤਰ੍ਹਾਂ ਗਏ ਉਹਨੇ ਸਟਾਰਟ ਕਰਾਇਆ ਸੀ ਨਿਦਾ ਮਲਕ ਤੁਸੀਂ ਜਾਣਦੇ ਹੋਵੋਗੇ ਉਹਨਾਂ ਨੂੰ ਉਹਨਾਂ ਨੇ ਥੋੜ੍ਹਾ ਜਿਹਾ ਸਪੋਰਟ ਕੀਤਾ ਅਤੇ ਮੈਂ ਯਾਨੀ ਕਿ ਆ ਗਈ ਫਿਰ ਉਸਤਾਦ ਵਿੱਕੀ ਨੇ ਉੱਥੇ ਰਹੇ ਯਾਨੀ ਕਿ ਚੁੰਗੀ ਅਮਰ ਸਿੱਧੂ ਦੇ ਉਹਨਾਂ ਨੇ ਥੋੜ੍ਹੀ ਜਿਹੀ ਟ੍ਰੇਨਿੰਗ ਦਿੱਤੀ ਮੈਨੂੰ ਅਤੇ ਫਿਰ ਆਹਿਸਤਾ 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 ਅੱਲਾ ਨੇ ਤਰੱਕੀ ਪਹਿਲਾ ਡਰਾਮਾ ਕਿੱਥੇ ਕੀਤਾ ਲਾਹੌਰ ਦੇ ਵਿੱਚ ਕੀਤਾ ਲਾਹੌਰ ਦੇ ਵਿੱਚ ਕਿਹੜੀ ਜਗ੍ਹਾ ਬਾਰੀ ਥੀਏਟਰ ਦੇ ਵਿੱਚ ਬਾਰੀ ਥੀਏਟਰ ਜੀ ਠੀਕ ਹੈ 3 ਮਹੀਨੇ ਰੈਗੂਲਰ ਕੀਤਾ ਮੈਂ ਉੱਥੇ ਖੋਇਆ ਬਸ ਅੱਲਾ ਨੇ ਇੰਨਾ ਕੁ ਦਿੱਤਾ ਹੈ ਕਿ ਨਾਂ ਦਾ ਆਪਣੇ ਘਰ ਦਾ ਅੱਛਾ ਸਰਕਲ ਚਲਾ ਰਹੀ ਹਾਂ ਪਰੇਸ਼ਾਨੀ ਨਹੀਂ ਹੁੰਦੀ ਹੈ ਹੁਣ ਲਾਕਡਾਊਨ ਥੋੜ੍ਹਾ ਜਿਹਾ ਆਇਆ ਪਰੇਸ਼ਾਨੀ ਦਾ ਮਸਲੇ ਦਾ ਯਾਨੀ ਕਿ ਹੋਇਆ ਹੋਇਆ ਥੋੜ੍ਹਾ ਡਿਸਟਰਬਿੰਗ ਹੋਈ ਹੈ ਲੇਕਿਨ ਅਲਹਮਦੁਲਿਲਾ ਇਹ ਮੈਨੂੰ ਟੈਨਸ਼ਨ ਨਹੀਂ ਹੁੰਦੀ ਹੈ ਕਿ ਯਾਰ ਮੈਂ ਆਪਣੇ ਮਾਂ ਪਿਓ ਨੂੰ ਹੁਣ ਮੁੱਖਾ ਵੇਖ ਰਹੀ ਹਾਂ ਜਾਂ ਜੋ ਤਕਲੀਫਾਂ ਪਹਿਲੇ ਯਾਨੀ ਕਿ ਵੇਖ ਰਹੇ ਸੀ ਉਹ ਹੁਣ ਘੱਟ ਗਈਆਂ ਨੇ ਮੈਨੂੰ ਇਸ ਚੀਜ਼ ਦੀ ਖੁਸ਼ੀ ਹੁੰਦੀ ਹੈ ਕਿ ਮੈਂ ਅਗਰ ਆਪਣੇ ਆਪ ਨੂੰ ਯਾਨੀ ਕਿ ਕੁਝ ਕੀਤਾ ਨਾ ਤਾਂ ਮੇਰੇ ਘਰ ਦੇ ਫੈਮਿਲੀ ਹਰ ਚੀਜ਼ ਮੇਰੀ ਖੁਸ਼ਹਾਲ ਹੋ ਗਈ ਹੈ ਠੀਕ ਹੈ ਲੇਕਿਨ ਇਹ ਸ਼ੋਬਿਜ਼ ਦੀਆਂ ਲੜਕੀਆਂ ਕਹਿ ਰਹੀਆਂ ਜੀ ਸ਼ੋਬਿਜ਼ ਜਿਹੜਾ ਹੈ ਮਤਲਬ ਇੱਕ ਐਸੀ ਜਗ੍ਹਾ ਹੈ ਕਿ ਜਿਹੜੀ ਲੜਕੀ ਤੇ ਇੱਥੇ ਕਿਸੇ ਨਾਲ ਤਲੁਕਾਤ ਬਣਾ ਕੇ ਰੱਖਦੀ ਹੈ ਉਹ ਤਰੱਕੀ ਕਰ ਲੈਂਦੀ ਹੈ ਉਹ ਨਾਮ ਵੀ ਬਣਾ ਲੈਂਦੀ ਹੈ ਉਹਨੂੰ ਪੇਮੈਂਟ ਵੀ ਮਿਲਦੀ ਹੈ ਉਹਨੂੰ ਪ੍ਰੋਟੋਕੋਲ ਵੀ ਮਿਲਦਾ ਹੈ ਔਰ ਜਿਹੜੀ ਲੜਕੀ ਤਲੁਕਾਤ ਨਹੀਂ ਕਾਇਮ ਕਰਦੀ ਜਿਸਮਾਨੀ ਉਹਦੇ ਵਾਸਤੇ ਬੜੀਆਂ ਮੁਸ਼ਕਲਾਂ ਹੁੰਦੀਆਂ ਨੇ ਇਹਦੇ 'ਚ ਕਿੰਨੀ ਸੱਚਾਈ ਹੈ ਵੇਖੋ ਬਾਬਰ ਸਾਹਿਬ ਮੈਂ ਤਾਂ ਇਸ ਗੱਲ ਨੂੰ ਬਲੀਵ ਨਹੀਂ ਕਰਦੀ ਹਾਂ ਅਲਹਮਦੁਲਿਲਾ ਮੈਂ ਨਹੀਂ ਇਹ ਕਰਦੀ ਹਾਂ ਅਤੇ ਕੀ ਮੇਰੀ ਜ਼ਰੂਰੀਅਤ ਪੂਰੀ ਨਹੀਂ ਹੈ ਤੁਸੀਂ ਹੁਣ ਮੇਰੇ ਘਰ ਆ ਕੇ ਬੈਠੇ ਹੋਏ ਤੁਹਾਨੂੰ ਕੋਈ ਚੀਜ਼ ਦੀ ਕਮੀ ਨਜ਼ਰ ਆਈ ਹੈ ਹਾਂ ਇਹ ਵੇਖ ਕੇ ਲੱਖਾਂ ਦੀ ਤਾਦਾਦ ਨਾਲ ਮੇਰੇ ਘਰ ਬੈੱਡ ਨਹੀਂ ਪਿਆ ਲੱਖਾਂ ਦੀ ਚੀਜ਼ਾਂ ਨਹੀਂ ਪਈਆਂ ਲੇਕਿਨ ਅਲਹਮਦੁਲਿਲਾ ਹਰ ਚੀਜ਼ ਪਈ ਹੈ ਅੱਲਾ ਦੀ ਨਿਮਤ ਹਰ ਦਿੱਤੀ ਹੋਈ ਮੇਰੇ ਘਰ ਦੇ ਵਿੱਚ ਔਰ ਇੱਜ਼ਤ ਨਾਲ ਕਮਾਉਣੀ ਹੈ ਕੌਣ ਕਹਿੰਦਾ ਕਿ ਤਾਲੁਕ ਬਣਾਵੇਗਾ ਬੰਦਾ ਅਤੇ ਫਿਰ ਉਹਦਾ ਨਾਂ ਹੋਏਗਾ ਕਿ ਮੇਰਾ ਨਾਂ ਨਹੀਂ ਹੈ ਮੈਨੂੰ ਦੁਨੀਆਂ ਨਹੀਂ ਜਾਣਦੀ ਹੈ ਚਾਹੇ ਘੱਟ ਜਾਣਦੀ ਹੈ ਲੇਕਿਨ ਜਾਣਦੀ ਹੈ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਗਲਤ ਕਰੋਗੇ ਤਾਂ ਫਿਰ ਹੀ ਤੁਹਾਡਾ ਨਾਂ ਹੋਏਗਾ ਨਹੀਂ ਉਹਦੇ ਤੋਂ ਤਵੱਕ ਰੱਖੋਗੇ ਤੁਹਾਨੂੰ ਤਰੱਕੀ ਵੀ ਦੇਗਾ ਔਰ ਇੱਜ਼ਤ ਵੀ ਦੇਗਾ ਔਰ ਪੈਸਾ ਵੀ ਦੇਗਾ ਹਰ ਚੀਜ਼ ਦੁਨੀਆ ਵੀ ਤੁਹਾਡੀ ਜਿਹੜੀ ਜ਼ਰੂਰੀਅਤ ਨਾ ਉਹ ਪੂਰੀ ਹੋ ਜਾਏਗੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਤਲਕ ਰੱਖੋਗੇ ਤਾਂ ਤੁਹਾਨੂੰ ਪੇਮੈਂਟ ਵੀ ਮਿਲੇਗੀ ਹਰ ਚੀਜ਼ ਮੈਂ ਜੋ ਕਰਦੀ ਹਾਂ ਮੈਨੂੰ ਪੇਮੈਂਟ ਨਹੀਂ ਮਿਲਦੀ ਜਾਂ ਮੈਨੂੰ ਦੁਨੀਆ ਨਹੀਂ ਮਿਲਦੀ ਜਦੋਂ ਮੈਂ ਗਾਣਾ ਕਰਨ ਜਾਂਦੀ ਹਾਂ ਕਿ ਕਿਆ ਉੱਠ ਜਾਂਦੀ ਹੈ ਪਬਲਿਕ ਨਹੀਂ ਉੱਠ ਜਾਂਦੀ ਹੈ ਪਬਲਿਕ ਉਂਝ ਦੀ ਉਂਝ ਹੀ ਬੈਠੀ ਹੁੰਦੀ ਹੈ ਐਪਰੀਸ਼ੀਏਟ ਵੀ ਕਰਦੀ ਹੈ ਹਰ ਚੀਜ਼ ਪੇਮੈਂਟ ਵੀ ਲੈ ਕੇ ਆਉਂਦੀ ਹੈ ਮੈਂ ਤਾਂ ਇਸ ਚੀਜ਼ ਨੂੰ ਬਲੀਵ ਨਹੀਂ ਕਰਦੀ ਹਾਂ ਕਿ ਯਾਰ ਅਗਰ ਕਿਸੇ ਨਾਲ ਤਾਲੁਕ ਬਣਾਓਗੇ ਹਾਂ ਤਾਲੁਕ ਹੋਵੇ ਕਿਉਂ ਨਹੀਂ ਹੁੰਦਾ ਤਾਲੁਕ ਹੁੰਦਾ ਹੈ ਲੇਕਿਨ ਅੱਛੇ ਲੈਵਲ ਨਾਲ ਤਾਲੁਕ ਰੱਖੋਗੇ ਤਾਂ ਫਿਰ ਵੀ ਉਹ ਆਏਗਾ ਅਗਰ ਬੁਰੇ ਨਾਲ ਰੱਖੋਗੇ ਫਿਰ ਵੀ ਆਏਗਾ ਠੀਕ ਹੈ ਅੱਛਾ ਸ਼ੋਬਿਜ਼ ਦੇ ਵਿੱਚ ਜਿਹੜਾ ਮਤਲਬ ਇੱਥੇ ਬੜੇ ਮਨ ਚਲੇ ਆਸ਼ਕ ਹੁੰਦੇ ਨੇ ਕਿਉਂਕਿ ਸ਼ੋਬਿਜ਼ ਜਿਹੜਾ ਉਹਨਾਂ ਨੂੰ ਇਹ ਹੁੰਦਾ ਕਿ ਜਿਹੜੀ ਲੜਕੀ ਸ਼ੋਬਿਜ਼ 'ਚ ਆ ਗਈ ਹੈ ਇਹਨੂੰ ਕੋਈ ਵੀ ਗੱਲ ਮੰਨਣਾ ਬਣਾਉਣਾ ਮਤਲਬ ਇਹ ਇੱਕ ਮੁਮਕਿਨ ਗੱਲ ਹੈ ਨਾ ਮੁਮਕਿਨ ਨਹੀਂ ਕੋਈ ਬੈਗ ਜਾਂਦੇ ਨੇ ਕੋਈ ਹੁੰਦੇ ਨੇ ਮਜ਼ਬੂਤ ਰਹਿੰਦੇ ਨੇ ਜਿਹੜੇ ਮੇਰਿਆਂ ਵਰਗੀਆਂ ਹੁੰਦੀਆਂ ਨੇ ਮੈਂ ਤਾਂ ਮਜ਼ਬੂਤ ਰਹਿੰਦੀ ਹਾਂ ਮੈਂ ਸਬਜ਼ ਬਾਗ ਦੇ ਵਿੱਚ ਜਾਂਦੀ ਮੈਨੂੰ ਆਪਣਾ ਘਰ ਚਿੱਟਾ ਹੀ ਠੀਕ ਹੈ ਹਾਂਜੀ ਅਲਹਮਦੁਲਿਲਾ ਮੈਂ ਜਿਸ ਦਿਨ ਥੀਏਟਰ ਦੇ ਉੱਤੇ ਪਹਿਲਾ ਕਦਮ ਰੱਖਿਆ ਸੀ ਨਾ ਮੈਂ ਉਹਦੇ ਤੋਂ ਪਹਿਲਾਂ ਵੀ ਯਾਨੀ ਕਿ ਨਰਗਿਸ ਮੈਡਮ ਨੂੰ ਯਾਨੀ ਕਿ ਐਪਰੀਸ਼ੀਏਟ ਕਰਦੀ ਸੀ ਹੁਣ ਵੀ ਮੇਰੀ ਅਜੇ ਤੱਕ ਖਾਹਿਸ਼ ਹੈ ਕਿ ਮੈਂ ਮੈਡਮ ਨਾਲ ਹੁਣ ਤਾਂ ਉਹ ਡਰਾਮੇ ਛੱਡ ਗਏ ਨੇ ਲੇਕਿਨ ਮੇਰੀ ਖਾਹਿਸ਼ ਹੈ ਕਿ ਮੈਂ ਉਹਨਾਂ ਨਾਲ ਡਰਾਮਾ ਕਰਦੀ ਹੁਣ ਵੀ ਮੈਂ ਜਦੋਂ ਹੀ ਸਟੇਜ 'ਤੇ ਚੜ੍ਹਦੀ ਹਾਂ ਪਹਿਲਾ ਕਦਮ ਰੱਖਣ ਤੋਂ ਪਹਿਲੇ ਮੈਂ ਮੈਡਮ ਨੂੰ ਯਾਦ ਕਰਕੇ ਜਾਂਦੀ ਹਾਂ ਅੱਲਾ ਤੋਂ ਬਾਅਦ ਮੈਂ ਉਹਦਾ ਨਾਂ ਲੈਂਦੀ ਹਾਂ ਕਿ ਯਾਰ
अल्लाह या मैनू उन्दे वर्गी यानी कामयाबी दे दे या फिर मैं उन्दे नाल ड्रामा करा ले किथे। शहर मुल्तानी क्यों नहीं बनना चाहती, नरगिस क्यों बनना चाहती? नहीं नरगिस बनना नहीं चाहती, लेकिन वो साडी सीनियर एक्टर है, असली उन्दी रिस्पेक्ट करने हैं। मैं उन्दे वर्गी माँ एक ही जमदी है, बार बार नहीं जमदी, उनकी माँ अलग है मेरी माँ अलग है, जारी गल उनका नसीब तो मेरा नसीब जोड़ नहीं सकता, लेकिन उन्होंने आइडियल रख के उनकी कॉपी करके अगर मैं मेरा नाम उनके वर्गा हो जाए तो इन्हें कोई मसला तो नहीं है, कोई यानी कि माइंड करने वाली गल ही नहीं है। हाँ फिर ना तो मेरा ही रहेगा ना कि मुल्तानी है। अच्छा शोबिज़ के विच बहुत सारिया लड़कियां कह दिया ने जी मतलब सानू तो पता ही होंगे कि वो मैरिड ने और बहुत सारिया ऐसिया ने कि जिन्हां दे बच्चे भी होंगे ने, लेकिन वो इस गल नू शो नहीं कर दिया। खैर असीं भी कभी कोशिश नहीं की थी। जी जी। लेकिन मैं वैसे एक सवाल पूछना चाह रहा हाँ जी जी कि वो कह दिया ने जी अगर असी इस गल नू शो करनी है वहाँ बिल्कुल है, कोई ऐसा इंसान होंगे जरा यानी कि इस चीज़ को अच्छा नहीं समझता और यानी कि सैपरेट कुड़ी ज़्यादा पसंद कर दें कि सैपरेट होएगी असं जावे अपनी मन मौजी करेंगे, उन्होंने वेखिया जाए तो उन्होंने कोई मसला नहीं होना चाहिए। अगर वो थोड़े न गल कर रही है, अगर खा शादीशुदा है तो फिर भी गल कर रही है, अगर तुम्हें पता भी चल गया तो फिर भी तो उन्हें गल ही करनी है ना, अगर उन्होंने कोई शादी का नाल मसला हो तो गल ही ना करे, लेकिन होंदा है थोड़ा जिन्ना मुश्किलों का सामना करना पैंदा है, इस वास्ते यानी कि छुपाया जाता है कि नहीं और शादी का ना दसिया जाए तो चंगी गल है। ठीक है तो शहर मुल्तानी ने शादी कर ली कि करनी होले? शादी हाले माँ प्यो की तो कर लेना, हाले माँ प्यो की गुजारा तो करा ना, शादी तो बाद सोचेंगे ना। अच्छा तो शहर मुल्तानी का किहो जिहा आइडियल है, की सोचती? कोई आइडियल होंगे लड़कियों का, हर लड़की का एक ख्वाब होंगे, एक आइडियल होंगे, एक मतलब? बिल्कुल है, लेकिन हाले सोचा ही नहीं है कि सोचा तो कल बह के सोचा तो फिर तो कहनी है कि यार कोई खानदानी कोई यानी कि कोई अच्छे घर का मुंडा मिले जरा यानी कि इस ना बिठा के खवावे, ये ना हो कि जिम्मे मेरे भाई ने जिंद भाई हो किसी दे ते वो मेरे पले पै जाए तो फिर मैं भी रोंद ही रहा जिम्मे मेरा माँ प्यो रोंद बैठा, यानी कि अच्छा खानदान लगनियाँ कि इज्जत ना जरा बिठा के खवावे। ठीक है तो शहर मुल्तानी की जो शादी होएगी सर मुल्तानी शोबिस रहेगी, शोबिस नु खैरबाद कह जाएगी? नहीं शोबिस दे विच की करना, शोबिस दे विच मां प्यो नु पालन वास्ते अपने भैन भरा दे खर्चे अफोर्ड करन वास्ते आई हां तो फिर किसे सुकून लवांगी के शादी तो बाद भी अगर फील्ड करनी तो फिर शादी किस वास्ते करनी है, शादी फिर करनी है। ठीक है खैरबाद करांगे। की टारगेट है कि एक बंदे दा हुंदा है, बंदा एक टारगेट हुंदा है ओदा कि मैं ए टारगेट अपना पूरा कर लवांगा तो मैं शादी कर लवांगा, मैं सुनी नु खैरबाद कह जावांगा, की अंदर सोच है कि मैं ऐ कर लूँगा तो फिर मैं खैरबाद कह जाऊँगी? नहीं मेरा ज़्यादा रब को नहीं मंग दिया, मैं कहनी हूँ कि बस मेरा इन्ना होवे, मेरा एक घर बन जाए जिते कि यानी कि मेरा माँ प्यो आराम जिंदगी गुजार सके ताकि मैं जहनी सुकून हो कि मेरा माँ प्यो हाँ मेरे बगैर भी भुखा नहीं यानी कि रहेगा, उन्होंने इन्नी इनकम यानी कि घर आँदी रहे या टेंशन उन्होंने रेंट वगैरह दी यहोजी चीज़ का ना हो, अपने माँ प्यो उमरा करा सक इन्नी उन्होंने लंबी जिंदगी हो जब तक मेरे को पैसे नहीं आते उन्होंने जिंदगी इन्नी हो कि मैं उन्होंने उमरा करा सकता। मेरी ख्वाहिश है कि मैं इस फील्ड जो ही आई इसने कहा कि मैं अपने माँ प्यो उमरा कराना तो उमरा करा लवा तो घर हो जाए तो कारोबार थोड़ा जिना सैटअप हो जाए कि मेरा माँ प्यो भुखा ना रहे, बस मेरी इन्नी ख्वाहिश यही आइडिया बस, होर नहीं है नहीं कि बंगला हो गड्डिया आन मेरे को इन्ना पैसा आ जाए, मैं इन्ना नहीं चाहिए, बस रब का दिता इन्ना हो कि मेरा माँ प्यो ना भुखा रहे। कोई बंदा तो मिल जाता कहना जी मैं तो माँ प्यो भी कोल रख लेना देखो जिस तरह अल्लाह आप बादशाह है ना जी, इत्थे जो बंदे भी बड़े बड़े उन्होंने बड़ा बड़ा उन्हें दिल जो बादशाह दिता है सही। कोई कहना नहीं असी इस गल की गवाही देने अल्लाह तआला ने बड़े बड़े वड्डे दिल के मालिक जिहड़े ने लोग मतलब बनाए ने सही, कोई गल नहीं एक तो एक वध के वे बिलकुल ठीक है, वो जिहड़े लोग कहंदे ने जी सारी दुनिया नहीं सारी दुनिया नहीं, इत्थे देखो अच्छाई बुराई अजल तो हमेशा और यह अब तक नाल नाल चलदी रही है, उसकी वजह अगर बुराई नहीं होगी तो अच्छाई की तमीज किस तरह होगी, किस तरह पता लगेगा कि अच्छाई है या बुराई है? तो जिहड़ी बुराई है वो सानू अच्छाई की तमीज वास्ते जिहड़ी है वो है वे ठीक है, अगर बुरे लोग नहीं होणगे तो अच्छियां दा पता किस तरह लगेगा? बिल्कुल सही, अच्छे लोग भी दुनिया ते बहुत ज्यादा ने, ये एक जिहड़ी गल है ये गल पिछले कई सौ साल तो चलती आ रही है, कह लो जी दुनिया जी ना होने मतलब इंज हो गया जी हूँ तो इंज हो गया,
कुछ भी नहीं जिहड़े अल्लाह दे लोक उदो भी अल्लाह दे लोक सन ओह बहकावे च नहीं सन आते जिहड़े अज भी अल्लाह दे लोक ने ओह बहकावे च नहीं आते और जिहड़े लोक अज तो 500 साल भी पहला है सन 1000 साल भी पहला 1500 साल पहला भी जिन्हां नूं पैसे सिक्के दौलत सोना इन्हां चीज़ां दा मुहब्बत नहीं सी सिर्फ अल्लाह दे बंदिआं नाल मुहब्बत करते सन अपने अल्लाह नूं राजी अपने रब नाल मुहब्बत करते सन ओह लोक अज भी मौजूद ने और कसीर तदाद च मौजूद ने है नहीं कि नहीं है बंदे लभ जांदे ने मायूसी गुनाह है बंदे ते इत्थे मतलब हजारा ने एक तू एक वध के एक तू एक वध के लेकिन उहदे वास्ते शर्त है वे कि साड़ी भी खलूसे नीयत होनी है साड़ा किबला दुरुस्त है असी भी मतलब उन्नी सच्ची लगन नाल या साड़े अंदर उन्नी वफादारी मौजूद है असल ऐ चीज़ है अलहमदुल्ला वफादारी है तो यानी कि माँ प्यो की खिदमत वास्ते यानी कि सारा कुछ कर दिता वरना जेड़ा यानी कि जिस खानदान नाल बिलोंग करदी सी कोई भी नहीं साडे खूनी रिश्ते होंदे ना जी असी दुनिया ते मतलब पैदा किया इंसान को दर्दे दिल के वास्ते है जिंदगी का मकसद औरों के काम आना औरों के काम आना ठीक है देखो साडे माँ बाप ने वो साढ़े वास्ते बहुत कुछ मतलब करते ने फिर असि भी अपने माँ बाप वास्ते करने हैं एक कर रहे हैं लेकिन जिंदगी च मजा उदो आता है कि जो असि किसी के माँ बाप वास्ते भी करांगे अपने भैन भरावान वास्ते असि करने हैं लेकिन जो किसी के वास्ते करांगे अपने खानदान का असि सोचने हैं लेकिन जो किसी के खानदान वास्ते करांगे फिर वो अजीम गल होएगी चलो अल्लाह पाक तुहाडी जुबान मुबारक करे मैनू भी ऐसा कोई बंदा मिले जिहड़ा मेरा खानदान यानी कि चला सके मेरा घर ले यानी कि मेरी अम्मी अबू नूं चला सके तो मैनू भी ला जाए मैनू इहो जिहे बंदे दी यानी कि जरूरत है तो मैनू ला जाए तो मैनू होर की चाहिए रब कोलो चलो बहरहाल ये वे कि शोबिज़ दे विच बड़िया बड़िया नामवार खतून आई ने बड़ी बड़िया नाम वाली औरतां आई ने लेकिन वह औरतां बहुत अच्छी रही ने जिन्हां नूं कोई अच्छा और मकूल बंदा मिले है शोबिज़ नूं खैरबत कह के उन्होंने अपना घर वसा लिया बिल्कुल जी ठीक है सदा बादशाह मेरे रब दी ए अरूज ए जिंदगी ए जवानी ए सिर्फ एक आरजी टाइम है ठीक है रह रब दा ना जाना ते उस तो बाद तुहाडा किरदार जिंदा रहना है केड़ा ऐ हकीकी किरदार जिहड़ा असीं जिंदगी च गुजार रहे हैं बिल्कुल इस तरह ही इहदियां गवाहियां होणगियां इहदी डिस्कशन होएगी लोग साढ़े बादू मरण तो बाद भी साढ़ा जिक्र करना नहीं छड़नगे वो करनगे अगर दो तरीके नाल या ते अच्छे नाल या बुरे नाल या बुरे नाल बिल्कुल असि जिहो जे होवांगे लोग कहणगे भी उस तरह दे उहनां गवाहियां ते सानूं अगे जिहड़ा उहदे च वी रहत मिल सकदी है सजा हो सकदी है जी बेशक ठीक है ते गल कीती जे तुसीं जिहड़ी चार दीवारी औरत दा घर होई है ठीक है दूसरा असि जिस कंट्री च रहने आ इतने मेरा ख्याल हूँ तो उसकी गुंजाइश भी नहीं और जरा खातीन जरा ठीक है जी जी। तो बस ठीक है बंदा आता है बहुत सारिया लड़कियां शौक है शौक पूरा हो जाता लेकिन मैं समझना अज भी मैं एक साढ़े दोस्त ने उन्होंने इंटरव्यू कर रहा सर मैं पूछ रहा सर जी तुम यंग जनरेशन वास्ते की कहना चाहोगे सीनियर एक्टर ने साढ़े रियाज अली साहब तो उन्होंने बड़ी अच्छी अच्छी खूबसूरत गल की मैंने गल बड़ी पसंद आई उन्होंने कहा मैं तो यंग जनरेशन ये कहांगा कि अगर उन्होंने को नहीं रहन हुंदा तो फिर वो आके 5 साल ट्राई कर लैन अगर वो 5 साल च कुछ नहीं बनते फिर वो खैरबाद कह के चले जान जिंदगी का जुआना खेलन इत्थे बहुत सारे लोग मैं देखना जिन्होंने पूरी जिंदगी गुजार दी ठीक है लेकिन वो अपनी ना तो मंजिल नूं पा सके ने ना अपने बच्चों वास्ते उन्होंने वास्ते कोई छत बना सके ने ना वो मतलब कुछ होर तो मेरा ख्याल अगर वो टाइम ट्रैक चेंज कर जाते तो बेहतर है सी वैसे जो मतलब अल्लाह के नबी का भी हुक्म है कि हिजरत करो हिजरत करो असं एक जगह से डेरा ला के बह जाने असं कहने जी मतलब साड़ी जड़ा ना जी इतें ही मतलब बस किस्मत जी किस्मत देखो अगर किस्मत का चक्कर होंगे तो फिर हिजरत का हुक्म ना होंगे हाँ असी हिजरत करिए ठीक है असी जरा जी ड्यूटी अल्लाह तला ने कही है असी वो अपने फरायज अदा करिए फिर कुछ ना हो फिर शायद कोई असी किस्मत का जरा मतलब वो कह सकते हैं भी कोई हेर फेर वरना एक जगह से बह के किस्मत का हेर फेरिए एक जगह से अड्डा ला के नहीं नहीं देखो थोड़ी गल बिल्कुल उन्होंने सोनी की है कि हिजरत करनी चाहिए अगर इतने तो कामयाबी या कोई रिस्क नहीं मिलता पाया तो हिजरत करनी चाहिए इन कोई यानी कि नहीं है मैं भी तो आई हूँ ना मुल्तान लाहौर हिजरत ही करके आई हूँ ना कि हो सकता है अगर इतने नहीं मिलता तो फिर बाहर चली जानी आउटडोर चली जानी कितने ना कितने तो मिलेगा ही ना
अच्छा तो की इस तो बाद की करना चाह रहे हैं कि फर्द करो कि स्टेज तो कर लिया स्टेज आजकल बंद है तो मजीद भी अगर छे महीने नहीं खुलता तो फिर की करेगी सहर मुल्तानी मैं हाले वेब चैनल है पंजाब रंग न्यूज तो काम कर रही हूँ थोड़ा बहुत तो मॉडल शूट वगैरह आ जाते हैं वह कर लीद मैं गा रही तुम पता सारा काम तो बंद है परिंदे ने सवेरे उठते ने उड़ते ने कोई कारोबार नहीं उन्होंने कोई मतलब असि कहने अकल नहीं लेकिन अकल तो उन्होंने अल्लाह ने दी हुई है कि ਉਹ ਜਾਂਦੇ ਨੇ ਉੱਡਦੇ ਨੇ ਉਸ ਜਗ੍ਹਾ ਤੇ ਜਿੱਥੇ ਦਾਣਾ ਦੁਨਗਾ ਹੁੰਦਾ ਹੈ ਮਤਲਬ ਉਹ ਖਾਂਦੇ ਪੀਂਦੇ ਨੇ ਉਹ ਸਾਰਾ ਕੁਝ ਉਹ ਹੁੰਦਾ ਹੈ ਤੇ ਉਹ ਵੀ ਦਿਖਾ ਵੀ ਰਹੇ ਨੇ ਤੇ ਅੱਲਾ ਨੇ ਉਹ ਰਿਜ਼ਕ ਤਾਂ ਦੇਣਾ ਹੀ ਦੇਣਾ ਹੈ ਸਹੀ ਉਹ ਮਾਮਲਾ ਨਹੀਂ ਹੈ ਲੇਕਿਨ ਅਕਲ ਵੀ ਤੇ ਅੱਲਾ ਨੇ ਦਿੱਤੀ ਹੈ ਨਾ ਹਾਂ ਅਕਲ ਤਾਂ ਦਿੱਤੀ ਹੁਣ ਕੀ ਕਰ ਸਕਦੇ ਹਾਂ ਮਜ਼ੀਦ ਪੜ੍ਹੀ ਲਿਖੀ ਆ ਨਹੀਂ ਯਾਨੀ ਕਿ ਪੜ੍ਹੀ ਲਿਖੀ ਨਹੀਂ ਤਾਂ ਵੈਲੇ ਹੀ ਜੋਬ ਕਰ ਲੈਂਦੀ ਹੁਣ ਮੈਂ ਕੀ ਕਰ ਸਕਦੀ ਹਾਂ ਬਸ ਇਹੀ ਤੋਕ ਰੱਖ ਕੇ ਬੈਠੇ ਹਾਂ ਕੋਈ ਸ਼ੂਟ ਨਹੀਂ ਕਰਾਂ ਦਾ ਦੋ ਘਰ ਆਨੇ ਆ ਯਾਰ ਨਿਊਜ਼ ਤੇ ਚਲੇ ਜਾਂਦੇ ਆ ਤਾਂ ਬਸ ਗੁਜ਼ਾਰਾ ਚੱਲਦਾ ਪਿਆ ਤੇ ਕੀ ਸਹਿਰ ਮਲਤਾਨੀ ਨੇ 5 ਸਾਲ ਸ਼ੋਬਿਸ ਚ ਗੁਜ਼ਾਰ ਲਏ ਕੀ ਕਹੋਗੇ ਨਵੇਂ ਲੋਕਾਂ ਨੂੰ ਸ਼ੋਬਿਸ ਦਾ ਰੁਖ ਕਰਨਾ ਚਾਹੀਦਾ ਲੜਕੀਆਂ ਨੂੰ ਇੱਥੇ ਆਉਣਾ ਚਾਹੀਦਾ तजुर्बा दे सकनी आ किसी दा गल नहीं कर सकदी आपां तजुर्बा दे सकनी मतलब है कि नवीं जिहड़ी लड़कियां नूं नहीं आना चाहिए नहीं आना चाहिए अगर आंदियां ने तो हो सकदा उहनां दा चांस होवे यार मैं क्यों कहां कि नहीं यार ना आओ तुसीं यार मेरे गल दा माइंड करो कि अगर असीं नहीं आए तो तू क्यों आई है नहीं आण अगर है उहनां दे नसीब तो फिर हो गई आ जाण कोई गल नहीं शायद हो सकदा उहनां दे नसीब तरक्की लिखी होवे मेरे नसीब ना लिखी होवे ठीक है शहर की जो देखने व्यूअर्स ने की पैगाम दोगे बस यही कहांगी कि जिंदे वसदे रहो आबाद रहो तुम आते रहो साडा ड्रामा वेखदे रहो जो बंद है अजकल जो खुल जाए तो आते रहो तो खुशियां मनाते रहो तो करोना के घर रहो ज्यादा तो ज्यादा अपना ध्यान रखो तो बाहर ना घूमो ताकि सेफ्टी वास्ते किया जा रहा बार बार लेकिन साड़ी पाकिस्तानी आवाम नहीं सुनती उन्हें अपनी ही करनी होंगी है ना इशारा देते रुकते हैं ना करोना को डरते हैं कोई भी यहोजी चीज़ आ जाए ये नहीं रुकते पाकिस्तानियों बाहर जाके जिन्हें अप्रीशिएट करते हो ना उन्होंने कानून आपे पाकिस्तान में भी करो ताड़ी मेहरबानी यही कुछ कहूँगी हाँ जी मेरे नाल से जी सहर मुल्तानी का कहना है कि जनाब पाकिस्तानी कानून जरा फॉलो करो का एहतराम करना चाहिए और बिल्कुल असं हमेशा असं भी इस तरह कहने हर वीडियो के साड़ी जी रियासत है सानू बसीयत शहरी बसीयत पाकिस्तानी अपने पाकिस्तान के कानून का एहतराम करना चाहिए और मुल्क नाल जिहड़ा अपने वतन नाल जिहड़ा वो वफादारी का सबूत देना चाहिए और हमेशा उन्हें फॉलो करना चाहिए बहुत सारे लोग इतने ढंडोरा पिटते नज़र आते हैं वह की कर रहे वह की कर रहे हैं बात अपनी अपना किबला दुरुस्त करना है अपने आप को ठीक करना है इंशाल्लाह सारा कुछ ठीक हो जाएगा असीं दूसरों ठीक करन लग पैंदे आ इस वास्ते मुआशरे च बिगाड़ आ जांदी है सब तो पहला अपना जो किरदार है उन्होंने नीट एंड क्लीन करना ठीक है जी तो सहर मुल्तानी तो अपने होस्ट बाबर बेग को इजाजत दियो आज की वीडियो कैसी सी ये बारे च कमेंट्स करना लाइक करना शेयर करना और अपनी राय जरूर देना मन बड़ी बेचैनी तो राय का इंतजार रहेगा ये नाल ही तुहाडे कोल मैं इजाजत चाहवागा फिर तुहाडी खिदमत हाजिर होवांगा एक नवी वीडियो नाल जिंदे वसदे रहो चलदियां चलदियां प्यारे देश दे नाल एक प्यारा जिहा नारा पाकिस्तान जिंदाबाद। असलाम अलैकुम सज्जनों बेलियो तो मित्रों जोंदे ते वसदे रहो जनाब तुसी वेख रहे हो अपना पंजाबी चैनल ए बी एच डी टीवी ते सत बिस्मिल्ला जी आया नू ते जनाब अगर साडा चैनल पसंद आए ते इनू सबसक्राइब करो लाइक करो शेयर करो ते जनाब सानू फॉलो करो ए बी एच डी टीवी फेसबुक ए बी एच डी टीवी ट्विटर